ਤੇ ਮੈਂ ਨਾ ਇੱਧਰ ਆਇਆ ਸੀ, ਮੈਨੂੰ ਘਰ ਬਲਕਿ ਜਦੋਂ ਮੈਂ ਗਿਆ ਨਾ ਤਾਂ ਵਿਸ਼ਾਲ ਦਾ ਸੰਦੇਸ਼, ਮਤਲਬ ਮੇਰੀ ਬੇਟੀ ਦਾ ਸੰਦੇਸ਼ ਸੀ ਕਿ ਸਾਡੇ ਇੱਥੇ ਨਾ ਮਾਈਨਸ ਦੇ ਵਿੱਚ ਇਹ ਝੂਟੇ ਮਾਟੇ ਲੱਗੇ ਸੀ, ਪਤਾ ਨਹੀਂ ਤੁਹਾਨੂੰ ਨਜ਼ਰ ਆ ਰਹੇ ਨੇ ਕਿ ਨਹੀਂ, ਅਤੇ ਇਹਨਾਂ ਨੇ ਬੰਦ ਕੀਤਾ ਪਿਆ ਇਹ ਸਾਰਾ ਕੁਛ, ਬੰਦ ਕਰ ਛੱਡਿਆ, ਸਹੀ ਹੈ? ਅਤੇ ਉਹਦੀ ਵਜ੍ਹਾ ਪਤਾ ਕੀ ਹੋਇਆ, ਇੱਕ ਸੈਕਿੰਡ ਮੈਂ ਤੁਹਾਨੂੰ ਕੈਮਰਾ ਘੁਮਾ ਲਵਾਂ। ਅੱਛਾ, ਇਹ ਹੁਣ ਸ਼ਾਇਦ ਤੁਹਾਨੂੰ ਅੱਛਾ ਨਜ਼ਰ ਆ ਰਿਹਾ ਹੋਏਗਾ। ਛੁੱਟੀਆਂ ਨੇ ਅੱਜ ਕੱਲ੍ਹ ਸਾਡੇ ਚੱਲਣ ਦੀਆਂ ਮਾਈਨਸ ਦੇ ਵਿੱਚ, ਅਤੇ ਉਹਦੇ ਚੱਕਰਾਂ ਦੇ ਵਿੱਚ ਅਤੇ ਇਹ ਨਾ ਇਹ ਝੂਟੇ ਮਾਟੇ ਲਾਏ ਹੁੰਦੇ ਨੇ ਬੱਚਿਆਂ ਵਾਸਤੇ, ਠੀਕ ਹੈ? ਅਤੇ ਅੱਜ ਇੱਕ ਝੂਟੇ ਤੋਂ ਬੱਚਾ ਡਿੱਗ ਪਿਆ ਵੇ, ਜਾਂ ਉਹ ਝੂਟਾ ਟੁੱਟ ਗਿਆ ਵੇ, ਪਤਾ ਨਹੀਂ ਕੀ ਚੱਕਰ ਹੋਇਆ, ਅਤੇ ਉਹਨਾਂ ਨੇ ਬਿਲਕੁਲ ਹੀ ਸਾਰਾ ਕੁਛ ਬੰਦ ਕਰ ਛੱਡਿਆ ਫਿਲਹਾਲ, ਸਹੀ ਹੈ? ਅਤੇ ਉਹ ਅੱਲਾਹ ਤਾਲਾ ਮਾਫੀ ਦੇ, ਪਤਾ ਨਹੀਂ ਕਿਹੜਾ ਝੂਟਾ ਮੂਟਾ ਸੀ, ਅਤੇ ਅੱਲਾਹ ਤਾਲਾ ਫਸਲ ਕਰੇ ਯਾਰ, ਮਾੜੀ ਗੱਲ ਹੀ ਆ ਨਾ। ਇਹ ਬਹੁਤ ਐਂਡ ਤੱਕ ਜਾਂਦਾ ਵੇ, ਹੁਣ ਮੈਂ ਐਂਡ ਤੱਕ ਤਾਂ ਖੈਰ ਜਾਣਾ ਨਹੀਂ ਕਿਉਂਕਿ ਮੈਨੂੰ ਲੱਗਣ ਦੀ ਹੈ ਠੰਡ, ਅਤੇ ਅੰਮੀ ਜਾਨ ਨੇ ਕਹਾ ਨਾ, ਜਿਵੇਂ ਤੁਹਾਨੂੰ ਅਕਸਰ ਕਹਿੰਦਾ ਹੁੰਦਾ ਵਾ, ਆਪਣਾ ਧਿਆਨ ਰੱਖਿਆ ਕਰ, ਅਤੇ ਉਹ ਇਹਨਾਂ ਚੱਕਰਾਂ ਦੇ ਵਿੱਚ ਮੈਂ ਹੁਣ ਠੰਡ ਦੇ ਵਿੱਚ ਅੱਗੇ ਨਹੀਂ ਜਾਣਾ, ਅਤੇ ਮੈਂ ਹੁਣ ਆਪਣੀ ਗੱਡੀ 'ਚ ਜਾਣਾ, ਸਹੀ ਹੈ? ਆਓ ਨਾਜ਼ਰੀਨ, ਚੱਲੀਏ ਯਾਰ ਆਪਣੇ ਗੱਡੀ ਦੇ ਵਿੱਚ। ਉਹ ਮੈਂ ਗੱਡੀ ਖਿਲਾਰੀ, ਬਲਕਿ ਮੈਂ ਤੁਹਾਨੂੰ ਦਿਖਾਉਣਾ ਗੱਡੀ ਕਿਤੇ ਖਿਲਾਰੀ, ਐਮਰਜੈਂਸੀ ਦੇ ਵਿੱਚ ਆਹ ਮੇਰੀ ਗੱਡੀ ਖਲੋਤੀ ਹੈ, ਔਰ ਇਹ ਸੜਕ ਕਿਨਾਰ ਪਰ। ਸਹੀ ਨਾਜ਼ਰੀਨ, ਆਓ ਚਲਤੇ ਹੈ, ਗਾੜੀ ਮੈਂ ਬੈਠਤੇ ਹੈ। ਨਾਜ਼ਰੀਨ, ਇਸ ਤੋਂ ਪਹਿਲੇ ਨਾ ਮਾਸ਼ਾਅੱਲਾ ਮੇਰਾ ਬਹੁਤ ਅੱਛਾ ਕੰਮ ਚੱਲਣ ਦਿਆ ਸੀ, ਸ਼ੁਕਰ ਅਲਹਮਦੁਲਿਲਾ ਹਮੇਸ਼ਾ ਚੱਲਦਾ ਰਹਿੰਦਾ ਵੇ, ਲੇਕਿਨ ਇਸ ਤੋਂ ਪਹਿਲੇ ਨਾ ਮੈਂ ਸੌਰੀ ਕਲਾ ਕੇ ਆਇਆ ਸੀ ਇੰਗਲਹਾਈਮ, ਮਤਲਬ ਇੰਗਲਹਾਈਮ ਤੁਹਾਨੂੰ ਨਹੀਂ ਪਤਾ, ਇੰਗਲਹਾਈਮ ਮਤਲਬ ਤੁਸੀਂ ਇੰਝ ਕਰ ਲਓ ਯਾਰ ਨਾਜ਼ਰੀਨ, ਜਿੱਥੇ 50 ਯੂਰੋ ਬਣਦੇ ਨੇ ਨਾ ਮੈਂ ਉੱਥੇ ਸਵਾਰੀ ਲਾ ਕੇ ਆਇਆ, ਉੱਥੇ ਸਵਾਰੀ ਲਾਈ ਅਤੇ ਮੈਨੂੰ ਨਾਲ ਇੱਕ ਦੂਸਰੀ ਸਵਾਰੀ ਦਾ ਮੈਨੂੰ ਫੋਨ ਆਇਆ ਅਤੇ ਮੈਨੂੰ ਕਹਿੰਦਾ ਉਸਮਾਨ ਸਾਹਿਬ ਤੁਸੀਂ ਵਿਹਲੇ ਹੀ ਹੋ, ਉਹ ਮੈਂ ਕਿਹਾ ਯਾਰ ਮੈਂ ਕਿਹੜਾ ਖੇਤੀਬਾੜੀ ਕਰ ਰਿਹਾ, ਮੈਂ ਵਿਹਲਾ ਹੀ ਵਿਹਲਾ ਤੂੰ ਆਟਰ ਲਾ, ਅਤੇ ਮੈਨੂੰ ਕਹਿੰਦਾ ਯਾਰ ਫਰੈਂਕਫਰਟ ਜਾਣਾ, ਉਹ ਫਰੈਂਕਫਰਟ ਦੀ ਕੀ ਕਹਾਣੀ ਬਣੀ ਉਹ ਹੁਣ ਮੈਂ ਤੁਹਾਨੂੰ ਦਿਖਾਉਣਾ ਵਾ। ਨਾਜ਼ਰੀਨ, ਕੀ ਬਣਿਆ ਮੇਰੇ ਨਾਲ ਯਾਰ, ਮੈਂ ਤੁਹਾਨੂੰ ਉਹ ਤਾਂ ਦੱਸਿਆ ਹੀ ਨਹੀਂ ਹਜੇ, ਮੈਂ ਨਾ ਇੱਕ ਸਵਾਰੀ ਲੈ ਕੇ ਜਾ ਰਿਹਾ ਸੀ ਫਰੈਂਕਫਰਟ ਦੇ ਵਿੱਚ ਨਾ, ਅਤੇ ਰਾਹ ਦੇ ਵਿੱਚ ਨਾ ਟਕ 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 ਹੋਈ ਜਾ ਰਿਹਾ ਸੀ ਮੇਰੇ ਟਾਇਰ ਦੇ ਨਾਲ, ਸਹੀ ਹੈ? ਅਤੇ ਮੈਂ ਧਿਆਨ ਨਹੀਂ ਕੀਤਾ, ਅਤੇ ਇੱਕੋ ਦਮ ਆਵਾਜ਼ ਆਈ ਹੈ ਬਡਮ, ਮਤਲਬ ਇੰਝ ਦੀ ਆਵਾਜ਼ ਨਹੀਂ ਆਈ, ਲੇਕਿਨ ਮੈਂ ਤੁਹਾਨੂੰ ਦੱਸਣ ਵਾਸਤੇ ਮੈਂ ਕਹਿ ਰਿਹਾ ਬਡਮ, ਲੇਕਿਨ ਆਵਾਜ਼ ਬੜੀ ਭੈੜੀ ਜਿਹੀ ਆਈ ਸੀ, ਠੀਕ ਹੈ? ਅਤੇ ਉਹਦੇ ਨਾਲ ਬਣਿਆ ਕੀ ਹੁਣ ਮੈਂ ਤੁਹਾਨੂੰ ਵਿਖਾਉਣਾ ਵਾਂ, ਮੇਰੇ ਟਾਇਰ ਦੇ ਨਾਲ ਆਹ ਮੇਰੀਆਂ ਸਵਾਰੀਆਂ ਵਿਚਾਰੀਆਂ ਹੈ ਖਲੋ, ਠੀਕ ਹੈ? ਸਹੀ ਹੈ? ਅਤੇ ਬਣਿਆ ਕੀ ਮੈਂ ਤੁਹਾਨੂੰ ਵਿਖਾਉਣਾ, ਇੱਕ ਸੈਕਿੰਡ। ਨਾਜ਼ਰੀਨ, ਤੁਸੀਂ ਵੇਖ ਰਹੇ ਹੋ, ਇਹ ਤੁਸੀਂ ਕੰਮ ਮੇਰੇ ਵੇਖ ਰਹੇ ਹੋ ਯਾਰ, ਇਹ ਐਡਾ ਭੈੜਾ ਕਿਸਮ ਦਾ ਮੇਰਾ ਲਾਡੂ ਘੁੰਮ ਗਿਆ। ਹੁਣ ਮੈਂ ਇੱਕ ਆਪਣੇ ਵਾਸਤੇ ਟੈਕਸੀ ਬਸਟੇਲ ਕਰਵਾਈ ਹੈ, ਮਤਲਬ ਇੱਕ ਆਪਣੇ ਵਾਸਤੇ ਇੱਕ ਟੈਕਸੀ ਔਡਰ ਕੀਤੀ ਜਿਹੜੀ ਮੈਨੂੰ ਘਰ ਲੈ ਕੇ ਜਾਵੇ, ਅਤੇ ਉਹ ਮੇਰੀਆਂ ਸਵਾਰੀਆਂ ਨੂੰ ਉਹਨਾਂ ਦੀ ਮੰਜ਼ਲੇ ਮਕਸੂਦ 'ਤੇ ਪਹੁੰਚਾਵੇ। ਨਾਜ਼ਰੀਨ, ਹੁਣ ਮੈਂ ਟੈਕਸੀ ਬਸਟੇਲ ਕਰਵਾਈ ਹੈ, ਅਤੇ ਇਹ ਸਾਡੇ ਇੱਕ ਨਾਸਰ ਭਾਈ ਨੇ ਅਫਗਾਨਿਸਤਾਨ ਤੋਂ, ਅਤੇ ਇਹ ਮੈਨੂੰ ਚੁੱਕਣ ਆਏ ਸੀ, ਔਰ ਅਬ ਹਮ ਇਨਕੇ ਸਾਥ ਜਾ ਰਹੇ ਹੈ ਘਰ। ਅਤੇ ਅੱਜ ਮੈਨੂੰ ਵੈਸੇ ਬਹੁਤ ਮਜ਼ਾ ਆ ਰਿਹਾ ਵੇ ਕਿ ਮੈਂ ਪਿੱਛੇ ਬੈਠਾ ਹੂੰ ਔਰ ਗਾੜੀ ਕੋਈ ਚਲਾ ਰਿਹਾ, ਨਹੀਂ ਤਾਂ ਮੈਂ ਵਹਾਂ ਪੇ ਬੈਠਾ ਹੋਤਾ ਹੂੰ ਜਹਾਂ ਪੇ ਨਾਸਰ ਭਾਈ ਬੈਠੇ ਹੈ, ਔਰ ਮੈਂ ਗਾੜੀ ਚਲਾ ਰਹਾ ਹੋਤਾ ਹੂੰ ਔਰ ਮੇਰੀ ਸਵਾਰੀ ਪਿੱਛੇ ਬੈਠੀ ਹੁੰਦੀ ਹੈ, ਅੱਜ ਮੈਂ ਸਵਾਰੀ ਬਣ ਕੇ ਜਾ ਰਹਾ ਹੂੰ ਯਾਰ, ਬੜਾ ਮਜ਼ਾ ਆਉਂਦਾ ਪਿੱਛੇ ਬੈਠ ਕੇ ਹੈ। ਯਾਰ ਤੁਸੀਂ ਵੀ ਕਹਿੰਦੇ ਹੋ ਨਾ ਕਿ ਆਪਣੀ ਰਾਤ ਦੇ ਟਾਈਮ ਆਪਣੀ ਬੂਥੀ ਵਿਖਾਈ ਜਾਣ ਦਿਆ ਵੇ, ਲੇਕਿਨ ਮੈਂ ਕਿਆ ਕਰੂੰ, ਅਤੇ ਹੁਣ ਮੈਂ ਪਹੁੰਚ ਕੇ ਬਹਰਹਾਲ ਘਰ, ਯਾਰ ਇੱਕ ਸੈਕਿੰਡ ਮੈਂ ਤੁਹਾਡੇ ਨਾਲ ਇੱਥੇ ਇੰਝ ਗੱਲ ਕਰ ਲਵਾਂ, ਕਿੱਥੇ ਰੋਸ਼ਨੀ ਕਿੱਥੇ ਗਈ ਇਹ ਜੇ। ਅਤੇ ਹੁਣ ਮੈਂ ਖੈਰ ਪਹੁੰਚ ਗਿਆ ਵਾਂ ਘਰ, ਮੈਨੂੰ ਲਾ ਗਿਆ ਵੇ ਟੈਕਸੀ ਫਾਰਾ ਮੇਰਾ। ਜਿਹੜੀ ਮੇਰੀ ਗੱਡੀ ਹੈ ਨਾ, ਇਹਦੇ ਵਿੱਚ ਅਜ਼ਦ ਸਰਾਈਫਨ ਹੁੰਦਾ ਵੇ, ਜਿਸ ਤਰ੍ਹਾਂ ਕਹਿ ਲਓ ਸਟਪਨੀ ਕੋਨੀ ਹੈ, ਠੀਕ ਹੈ? ਅਤੇ ਹੁਣ ਮੈਂ ਕੀ ਕਰਨਾ, ਹੁਣ ਮੈਂ ਪ੍ਰਾਈਵੇਟ ਗੱਡੀ ਦੇ ਵਿੱਚ ਬਵਾਂਗਾ ਸੁਬਹਾ, ਔਰ ਜਾਵਾਂਗਾ ਮੈਂ ਜਿੱਥੇ ਮੇਰੀ ਹੁਣ ਇਸ ਟਾਈਮ ਗੱਡੀ ਖਲੋਤੀ ਹੈ, ਉਹ ਤਕਰੀਬਨ 25-30 ਕਿਲੋਮੀਟਰ ਦੂਰ ਇੱਥੋਂ ਖਲੋਤੀ ਹੈ, ਸਹੀ ਹੈ? ਉਸ ਤੋਂ ਬਾਅਦ ਨਾਜ਼ਰੀਨ ਸਵੇਰੇ ਮੈਂ ਨਾ ਵਾਹ ਵਾਹੀ ਬਿਜ਼ੀ ਹਾਂ, ਸਹੀ ਹੈ? ਅਤੇ ਮੈਂ ਹੁਣ ਤੁਹਾਡੇ ਕੋਲ ਇੱਥੇ ਲੈਣਾ ਇਜਾਜ਼ਤ, ਅਤੇ ਸੁਬਹਾ ਇਨਸ਼ਾ ਅੱਲਾਹ ਤਾਲਾ ਪਟਕ ਕਰਕੇ ਫਿਰ ਮੈਂ ਆਪਕੇ ਮੱਥੇ ਲਗਤਾ ਹੂੰ, ਸਹੀ ਹੈ? ਚਲੋ ਸਹੀ, ਓਕੇ, ਬਿਸਮੋਰਗਨ, ਸਵੇਰ ਤੱਕ, ਅੱਲਾ ਹਾਫਿਜ਼। ਓਏ, ਅਸਲਾਮ ਵਾਲੇਕੁਮ ਨਾਜ਼ਰੀਨ, ਯਾਰ ਅਗਲਾ ਦਿਨ ਆ ਗਿਆ ਵੇ, ਅਤੇ ਅਗਲੇ ਦਿਨ ਤੋਂ ਮੁਰਾਦ ਹੈ ਕਿ ਮੈਂ ਹੁਣੇ ਸੁੱਤਾ ਉੱਠਿਆ ਵਾਂ, ਅਤੇ ਉਹ ਮੇਰੇ ਦਿਮਾਗ ਦੇ ਵਿੱਚ ਅੱਜ ਹੈ ਹੀ ਨਹੀਂ ਸੀ ਕਿ ਅੱਜ ਜਿਹੜਾ ਨਾ ਅੱਧਾ ਦਿਨ ਵੇ ਦੁਕਾਨਾਂ ਦਾ ਨਾ, ਅਤੇ ਯਾਰ ਹੁਣ ਮੈਨੂੰ ਥੋੜ੍ਹੀ ਜਿਹੀ ਨਾ ਭੱਜ ਦੌੜ ਜੀ ਪਈ ਹੈ, ਬਸ ਇਹੀ ਮੈਂ ਗੱਲ ਕਰਾਂਗਾ ਤੁਹਾਡੇ ਨਾਲ, ਕਿਉਂਕਿ ਹੁਣ ਮੈਂ ਲੈਣ ਜਾ ਰਿਹਾ ਵਾਂ ਇੱਕ ਦੁਕਾਨ ਤੋਂ ਮੈਂ ਹੁਣ ਟਾਇਰ ਲੈਣੇ ਨੇ, ਠੀਕ ਹੈ? ਉਹਨੂੰ ਫਿਰ ਮੈਂ ਟਾਇਰ ਲੈ ਕੇ ਅਤੇ ਫਿਰ ਮੈਂ ਜਾਣਾ ਵੇ ਯਾਰ, ਮੈਂ ਜੋ ਕਰਨਾ ਨਾ ਮੈਂ ਤੁਹਾਡੇ ਨਾਲ ਨਾਲ ਰਹਿ ਕੇ ਕਰਨਾ ਵਾਂ, ਕਿਉਂਕਿ ਮੈਂ ਨਾ ਹੁਣ ਵਾ ਵੀ ਮੈਨੂੰ ਭੱਜ ਦੌੜ ਜੀ ਪੈ ਗਈ ਹੈ, ਗੱਲ ਹੀ ਸਭ ਲੇਕਿਨ ਨਾਜ਼ਰੀਨ, ਅਤੇ ਆ ਜਾਓ ਆਪਕੋ ਮੈਂ ਦਿਖਾਤਾ ਮੈਂ ਕੀ ਕਰਦਾ ਪੈਂਦਾ ਵਾਂ, ਸਹੀ? ਆ ਜਾਓ। ਅੱਛਾ, ਉਸ ਤੋਂ ਬਾਅਦ ਦੀ ਸਟੋਰੀ ਨਾਜ਼ਰੀਨ ਪਤਾ ਕੀ ਹੋਈ ਸੀ, ਉਸ ਤੋਂ ਬਾਅਦ ਦੀ ਸਟੋਰੀ ਇਹ ਹੋਈ ਸੀ ਕਿ ਮੈਂ ਦੁਕਾਨ 'ਤੇ ਗਿਆ ਟਾਇਰਾਂ ਵਾਲੀ ਨਾ, ਉਹਨੂੰ ਮੈਂ ਜਾ ਕੇ ਕਿਹਾ ਕਿ ਇਸ ਤਰ੍ਹਾਂ ਮੈਨੂੰ ਟਾਇਰ ਚਾਹੀਦੇ ਨੇ, ਔਰ ਮੇਰੀ ਗੱਡੀ ਫਲਾਣੀ ਜਗ੍ਹਾ ਖਲੋਤੀ ਹੈ, ਉੱਥੋਂ ਮੈਂ ਆਪਣਾ ਟਾਇਰ ਲਾ ਕੇ ਲੈ ਕੇ ਆਉਂਦਾ, ਅਤੇ ਪਲੀਜ਼ ਤੁਸੀਂ ਇਹ ਮੇਰਾ ਟਾਇਰ ਚੇਂਜ ਕਰ ਦਿਓਗੇ? ਅਤੇ ਕਹਿੰਦੇ ਕਿ ਨਹੀਂ, ਹੁਣ ਤਾਂ ਵੈਸੇ 2:15 ਹੋ ਗਏ ਨੇ, ਅਤੇ ਅਸੀਂ 2 ਵਜੇ ਦੁਕਾਨ ਬੰਦ ਕਰ ਦੇਣੀ ਹੈ ਨਾ। ਅਤੇ ਉੱਥੇ ਖਲੋਤਾ ਸੀ
ਟਾਇਰਾਂ ਵਾਲਾ, ਟਾਇਰਾਂ ਵਾਲੀ ਦੁਕਾਨ ਦਾ ਮਾਲਕ, ਸਹੀ ਹੈ। ਉਹਨੇ ਸਾਰੀ ਗੱਲ ਗੁੱਲ ਸੁਣ ਕੇ ਅਤੇ ਮੈਨੂੰ ਕਹਿੰਦਾ ਕੀ ਹੋਇਆ, ਮਤਲਬ ਕੀ ਮਸਲਾ ਹੈ? ਅਤੇ ਮੈਨੂੰ ਮੈਂ ਸਾਰਾ ਮਸਲਾ ਦੱਸਿਆ, ਮੈਂ ਕਿਹਾ ਇਸ ਤਰ੍ਹਾਂ ਸਰ ਟਾਇਰ ਮੇਰਾ ਖਰਾਬ ਹੋ ਗਿਆ ਵੀ, ਜਾਂ ਟੁੱਟ ਗਿਆ ਜਾਂ ਪਾਟ ਗਿਆ। ਅਤੇ ਉਹਨੇ ਥੋੜ੍ਹਾ ਜਿਹਾ ਸੋਚ ਕੇ ਨਾ, ਅਤੇ ਕਹਿੰਦਾ ਯਾਰ ਨਾਰਮਲ, ਅਤੇ ਕਹਿੰਦਾ ਮੈਂ ਦੁਕਾਨ ਬੰਦ ਕਰ ਦੇਣੀ ਹੁਣ, ਲੇਕਿਨ ਕਹਿੰਦਾ ਪਤਾ ਨਹੀਂ ਮੇਰਾ ਕਿਉਂ ਦਿਲ ਕਰਦਾ ਕਿ ਮੈਂ ਤੇਰੀ ਮਦਦ ਕਰਨਾ ਵਾ ਨਾ। ਯਾਰ ਇਹ ਵਾਲਾ ਉਹ ਬੰਦਾ ਵੀ ਜਿਹੜਾ ਮੈਂ ਤੁਹਾਨੂੰ ਦਿਖਾ ਰਿਹਾ ਮੈਂ ਸਾਹਮਣੇ ਨਾ, ਇਹ ਬੰਦੇ ਦੀ ਮਤਲਬ ਕੰਡ ਸੁਣਦੀ ਪਈ ਹੈ। ਅਗਰ ਇਹ ਸੁਣਦਾ ਵੀ ਪਿਆ ਤਾਂ ਇਹਨੂੰ ਕਿਹੜਾ ਜਰਮ, ਇਹਨੂੰ ਕਿਹੜਾ ਉਰਦੂ ਜਾਂ ਪੰਜਾਬੀ ਆਉਂਦੀ ਹੈ, ਮਤਲਬ ਤੁਰਕੀ ਦਾ ਸੀ ਨਾ। ਉਹ ਸਾਹਮਣੇ ਜਿਹੜੀ ਗੱਡੀ ਖਲੋਤੀ ਹੈ ਨਾ ਨਾਜ਼ਰੀਨ, ਉਹ ਖੱਬਿਆ ਜਿਹੜੀ ਤੁਸੀਂ ਵੱਡੀ ਜਿਹੀ ਗੱਡੀ, ਠੀਕ ਹੈ, ਮੇਰੀ ਪ੍ਰਾਈਵੇਟ ਗੱਡੀ ਦੇ ਵਿੱਚ ਨਾ ਇਹ ਜੋ ਹੈ ਚੁੱਕਣ ਦਿਆ ਵੀ, ਜਿਸ ਔਜ਼ਾਰ ਦੇ ਨਾਲ ਹੈ ਮੇਰੀ ਗੱਡੀ ਚੁੱਕਣ ਦਿਆ, ਮੇਰੀ ਪ੍ਰਾਈਵੇਟ ਗੱਡੀ ਦੇ ਵਿੱਚ ਇਹ ਔਜ਼ਾਰ ਨਹੀਂ ਸੀ ਆਇਆ, ਮਤਲਬ ਇਹ ਮਸ਼ੀਨ ਜਿਹੀ ਨਹੀਂ ਸੀ ਆ ਰਹੀ ਨਾ। ਅਤੇ ਇਹਨੇ ਕਹਿੰਦਾ ਕਹਿੰਦਾ ਯਾਰ ਹੁਣ ਮੈਂ ਤੈਨੂੰ ਕਿਹਾ ਵੇ ਕਿ ਮੈਂ ਤੇਰੀ ਮਦਦ ਕਰਨੀ ਹੈ, ਅਤੇ ਲਿਹਾਜ਼ਾ ਹੁਣ ਮੈਂ ਤੇਰੀ ਮਦਦ ਏ ਟੂ ਜ਼ੈਡ ਕਰਨੀ ਹੈ, ਸਹੀ ਹੈ। ਉਹਨੇ ਆਪਣੀ ਗੱਡੀ ਕੱਢੀ ਉੱਥੋਂ, ਮਤਲਬ ਵਰਕਸ਼ਾਪ ਦੇ ਵਿੱਚੋਂ, ਅਤੇ ਮੈਨੂੰ ਕਹਿੰਦਾ ਕਿ ਚੱਲ ਯਾਰ ਮੇਰੀ ਗੱਡੀ 'ਤੇ ਚੱਲਦੇ ਹਾਂ, ਤੇਰੀ ਗੱਡੀ ਕਿਉਂਕਿ ਛੋਟੀ ਹੈ, ਸਮਾਨ ਜ਼ਿਆਦਾ, ਸਮਾਨ ਜਿਹੜਾ ਨਾ ਮਤਲਬ ਵੱਡਾ ਵੇ, ਅਤੇ ਉਹ ਤੇਰੀ ਗੱਡੀ ਦੇ ਵਿੱਚ ਨਹੀਂ ਆਉਣਾ। ਖੈਰ ਅਸੀਂ ਇੱਥੇ ਪਹੁੰਚੇ ਨਾਜ਼ਰੀਨ, ਅਤੇ ਇੱਥੇ ਆ ਕੇ ਸਾਨੂੰ ਇੱਕ ਨਵਾਂ ਮਸਲਾ ਪਤਾ ਕੀ ਹੋਇਆ, ਇਹ ਜਿਹੜਾ ਮਤਲਬ ਇਹ ਮਾਲਕ ਨਾ ਦੁਕਾਨ ਦਾ, ਜਿਹੜਾ ਮਾਲਕ ਸੀ ਮਤਲਬ ਉਹ ਟਾਇਰਾਂ ਵਾਲੀ ਦੁਕਾਨ ਦਾ ਮਾਲਕ ਸੀ, ਇਹ ਜਿਹੜੀ ਨਾ ਮੇਰੇ ਉਹ ਜਿਹੜੇ ਟਾਇਰ ਦੇ ਵਿੱਚ ਨਹੀਂ ਉਹ ਨੱਟ ਕਾਬਲੇ ਲੱਗੇ ਹੁੰਦੇ, ਮਤਲਬ ਟਾਇਰ ਜਿਹਨੂੰ ਕਾਬੂ ਕਰਕੇ ਰੱਖਦੇ ਨੇ ਨੱਟ ਕਾਬਲੇ, ਉਹ ਖੋਲਣ ਵਾਸਤੇ ਇਹ ਬੰਦਾ ਜਿਹੜੀ ਨਾ ਚਾਬੀ ਲੈ ਆਇਆ ਸੀ ਛੋਟੀ, ਮਤਲਬ ਛੋਟੀ ਤੋਂ ਮੁਰਾਦ ਕਿ ਮੇਰੇ ਨੱਟ ਕਾਬਲਿਆਂ ਨੂੰ 19 ਨੰਬਰ ਚਾਬੀ ਲੱਗਣੀ ਸੀ, ਔਰ ਇਹ ਲੈ ਆਇਆ ਸੀ 17 ਨੰਬਰ। ਖੈਰ ਅਸੀਂ ਇੱਥੇ ਸੋਚਣ ਦੇ ਹਾਂ ਕਿ ਹੁਣ ਕੀ ਕਰੀਏ, ਅਤੇ ਮੈਨੂੰ ਇਹ ਜਿਹੜਾ ਸ਼ੇਫ ਹੈ ਨਾ, ਮਤਲਬ ਜਿਹੜਾ ਮਾਲਕ ਹੈ ਨਾ, ਇਹ ਕਹਿੰਦਾ ਯਾਰ ਸਾਨੂੰ ਫਿਰ ਹੁਣ ਵਾਪਸ 30 ਕਿਲੋਮੀਟਰ ਜਾਣਾ ਪੈਣਾ, ਅਤੇ ਦੂਸਰੀ ਚਾਬੀ ਲੈ ਕੇ ਆਉਣੀ ਪੈਣੀ ਹੈ ਜਿਹਦੇ ਨਾਲ ਨੱਟ ਖੁੱਲਣ। ਲੇਕਿਨ ਸ਼ੁਕਰ ਅਲਹਮਦੁਲਿਲਾ, ਅਲਹਮਦੁਲਿਲਾ, ਸ਼ੁਕਰ ਅਲਹਮਦੁਲਿਲਾ, ਹਮੇਸ਼ਾ ਸਾਨੂੰ ਜਿੱਥੇ ਮੇਰੀ ਇਹ ਗੱਡੀ ਖਲੋਤੀ ਸੀ ਨਾ, ਇਹਦੇ ਬਿਲਕੁਲ ਗਿਗਨੁਬਾ, ਮਤਲਬ ਗਿਗਨੁਬਾ ਕਹਿੰਦੇ ਨੇ ਸਾਹਮਣੇ ਬੰਨੇ, ਮਤਲਬ ਓਪੋਜ਼ਿਟ ਸਾਈਡ 'ਤੇ ਇੱਕ ਵਰਕਸ਼ਾਪ ਸਾਨੂੰ ਲੱਭ ਗਈ। ਯਾਰ ਕੋਈ ਗੱਲ ਹੀ ਕਰਨ ਲਈ ਅੱਲਾਹ ਤਾਲਾ ਜ਼ਿਆਦਾ ਹਮੇਸ਼ਾ ਸ਼ੁਕਰ ਹੈ, ਉੱਥੋਂ ਸਾਨੂੰ ਇਹ ਵੱਡੀ ਚਾਬੀ ਮਤਲਬ 19 ਨੰਬਰ ਵਾਲੀ ਸਾਨੂੰ ਚਾਬੀ ਉੱਥੋਂ ਲੱਭ ਗਈ। ਅਤੇ ਮੈਨੂੰ ਨਾ ਇਹ ਬੰਦਾ ਕਹਿੰਦਾ ਯਾਰ ਤੂੰ ਨਾ ਬੰਦਾ ਲੱਗਦਾ ਕੋਈ ਠੀਕ ਹੀ ਹੈ, ਮਤਲਬ ਕਿ ਨੇਕ ਆਦਮੀ ਹੈ ਤੂੰ, ਕਿ ਅਗਰ ਤੇਰਾ ਮਤਲਬ ਸਾਰਾ ਕੰਮ ਨਾ, ਮੈਂ ਵੀ ਕਹਿੰਦਾ ਕਿ ਛੁੱਟੀ ਕਰਨੀ ਸੀ, ਮੰਮੀ ਤੇਰੇ ਨਾਲ ਤਿਆਰ ਹੋ ਗਿਆ ਵਾਂ, ਅਸੀਂ ਚਾਬੀ ਵੀ ਘਰੋਂ ਛੋਟੀ ਲੈ ਆਏ ਹਾਂ, ਅਤੇ ਚਾਬੀ ਵੀ ਸਾਨੂੰ ਬਿਲਕੁਲ ਸਾਹਮਣੇ ਲੱਭ ਗਈ ਹੈ, ਅਤੇ ਬਹਰਹਾਲ ਸ਼ੁਕਰ ਅਲਹਮਦੁਲਿਲਾ, ਸ਼ੁਕਰ ਅਲਹਮਦੁਲਿਲਾ, ਇਹਨੇ ਆਪਣਾ ਮੇਰਾ ਟਾਇਰ ਖੋਲਿਆ। ਹੁਣ ਅਸੀਂ ਟਾਇਰ ਲੈ ਕੇ ਜਾ ਰਹੇ ਹਾਂ ਵਾਪਸ ਇਹਦੀ ਦੁਕਾਨ ਦੇ ਉੱਤੇ, ਔਰ ਉੱਥੋਂ ਜਾ ਕੇ ਅਸੀਂ ਇਹਦਾ ਟਾਇਰ ਚੇਂਜ ਕਰਾਂਗੇ, ਔਰ ਟਾਇਰ ਚੇਂਜ ਕਰਕੇ ਅਸੀਂ ਵਾਪਸ ਆਵਾਂਗੇ। ਅੱਛਾ ਇਹ ਹੁਣ ਨਾ ਮੈਂ ਐਕਸਟਰਾ ਮਤਲਬ ਤੁਹਾਨੂੰ ਨਹੀਂ ਵਿਖਾ ਰਿਹਾ ਕਿ ਇਹਨੇ ਰੋਜ਼ਾ ਨਹੀਂ ਰੱਖਿਆ, ਇਹਨੇ ਨਾ ਆਪਣੇ ਮੇਦੇ ਦਾ ਕਰਵਾਇਆ ਵੇ, ਮੈਨੂੰ ਦੱਸਣ ਦਿਆ ਸੀ, ਕਹਿੰਦਾ ਮੈਂ ਆਪਣੇ ਮੇਦੇ ਦਾ ਓਪਰੇਸ਼ਨ ਕਰਵਾਇਆ ਵੇ, ਅਤੇ ਜਿਹਦੀ ਵਜ੍ਹਾ ਤੋਂ ਹੁਣ ਕਹਿੰਦਾ ਮੈਂ ਸਾਰੀ ਉਮਰ ਆਪਣੇ ਸਾਰੀ ਉਮਰ ਮੈਂ ਰੋਜ਼ੇ ਨਹੀਂ ਰੱਖ ਸਕਦਾ, ਅਤੇ ਇਹਨੇ ਕਾਫੀ ਲੈਣ ਵਾਸਤੇ ਅਸੀਂ ਰਾਹ ਦੇ ਵਿੱਚ ਰੁਕੇ ਸੀ, ਸਹੀ ਹੈ। ਅੱਛਾ ਹੁਣ ਵਾਪਸ ਅਸੀਂ ਨਾਜ਼ਰੀਨ ਪਹੁੰਚੀਏ ਟਾਇਰਾਂ ਵਾਲੀ ਦੁਕਾਨ ਦੇ ਉੱਤੇ, ਔਰ ਇਸ ਬੰਦੇ ਨੇ ਤੁਸੀਂ ਹਿਸਾਬ ਲਾਓ ਯਾਰ, ਦੋ ਬੰਦਿਆਂ ਨੂੰ ਮੇਰੇ ਵਾਸਤੇ ਨੇ ਸਪੈਸ਼ਲ ਉੱਥੇ ਰੋਕ ਕੇ ਰੱਖਿਆ ਸੀ ਕਿ ਨਹੀਂ, ਕਹਿੰਦਾ ਕਿ ਇਹ ਮੇਰਾ ਕੰਮ ਹੈ, ਇਹ ਮੇਰੇ ਕਿਸੇ ਮਤਲਬ ਮੇਰੇ ਕਿਸੇ ਗਾਹਕ ਦਾ ਕੰਮ ਨਹੀਂ, ਇਹ ਮੇਰਾ ਕੰਮ ਹੈ, ਅਤੇ ਤੁਸੀਂ ਦੋ ਉਹ ਤੁਸੀਂ ਵੇਖਣਦੇ ਹੋ ਨਾ, ਉਹਨੇ ਹੈਲਮਟ ਪਾਇਆ ਵੇ ਉਸ ਕਾਰੀਗਰ ਨੇ, ਕਿਉਂਕਿ ਉਹ ਵਿਚਾਰਾ ਬਿਲਕੁਲ ਤਿਆਰ ਬੈਠਾ ਵੇ ਕਿ ਕਿਸੇ ਟਾਈਮ ਹੀ ਮੈਂ ਨਾ ਇਹ ਟਾਇਰ ਨੂੰ ਚੇਂਜ ਕਰਾਂ ਅਤੇ ਮੈਂ ਆਪਣੇ ਘਰ ਨਿਕਲਾਂ। ਇਹ ਤੁਸੀਂ ਮਾਸ਼ਾਅੱਲਾ ਯਾਰ ਬਹੁਤ ਇਹਦੀ ਵੱਡੀ ਦੁਕਾਨ ਇਹਦੀ, ਮੈਂ ਇਹਨੂੰ ਖੈਰ ਬੜੀ ਦੇਰ ਤੋਂ ਜਾਣਦਾ ਵਾਂ, ਲੇਕਿਨ ਇਸ ਤਰ੍ਹਾਂ ਪਰਸਨਲ ਅਸੀਂ ਇੱਕ ਦੂਜੇ ਨੂੰ ਅੱਜ ਹੀ ਜਾਣਨਾ ਸ਼ੁਰੂ ਕੀਤਾ ਵੇ। ਪਹਿਲੇ ਅਸੀਂ ਸਿਰਫ ਮੈਂ ਐਜ਼ ਆ ਗਾਹਕ ਜਾਂਦਾ ਸੀ, ਅਤੇ ਐਜ਼ ਆ ਗਾਹਕ ਮੈਨੂੰ ਡੀਲ ਕਰਦਾ ਸੀ, ਲੇਕਿਨ ਅੱਜ ਸਾਡੇ ਨਾਲ ਲੰਬੀ ਚੌੜੀ ਗੁਫਤਗੂ ਹੋਈ ਹੈ। ਇਹਦੀ ਦੁਕਾਨ ਪਹਿਲੇ ਇੱਕ ਹੋਰ ਜਗ੍ਹਾ ਹੁੰਦੀ ਸੀ, ਲੇਕਿਨ ਹੁਣ ਇਹਨੇ ਨਵੀਂ ਜਗ੍ਹਾ ਖਰੀਦੀ ਹੈ, ਔਰ ਨਵੀਂ ਦੁਕਾਨ, ਮਤਲਬ ਇਹ ਇਹਦੀ ਸਾਰੀ ਦੁਕਾਨ ਹੈ ਮਾਸ਼ਾਅੱਲਾ। ਇਹਦਾ ਘਰ ਵੀ ਪਿਛਲੇ ਬੰਨੇ ਵੇ ਬਹੁਤ ਵੱਡਾ ਘਰ। ਯਾਰ ਅੱਲਾਹ ਤਾਲਾ ਜਦੋਂ ਕੰਮ ਤੁਹਾਡੇ ਸਿੱਧੇ ਕਰਨੇ ਸ਼ੁਰੂ ਕਰਦਾ ਨਾ, ਅਤੇ ਉਹ ਟੱਕ 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 ਕਰਕੇ ਅਤੇ ਤੁਹਾਡੇ ਕੰਮ ਸਿੱਧੇ ਹੋਣੇ ਸ਼ੁਰੂ ਹੋ ਜਾਂਦੇ ਨੇ, ਸਹੀ ਹੈ। ਹੁਣ ਅਸੀਂ ਬਹਰਹਾਲ ਉੱਥੋਂ ਦੁਕਾਨ ਤੋਂ ਚੇਂਜ ਕਰਵਾਇਆ ਵੇ ਟਾਇਰ, ਔਰ ਫਿਰ ਇੱਥੇ ਵਾਪਸ ਆਏ ਹਾਂ 30 ਕਿਲੋਮੀਟਰ ਦੂਰ, ਔਰ ਇਹ ਹੁਣ ਸਾਰਾ ਕੁਛ ਆਪਣੇ ਹੱਥੀ ਕਰਨ ਦਿਆ। ਅਤੇ ਮੈਨੂੰ ਕਹਿਣ ਦਿਆ ਸੀ ਕਿ ਕਹਿੰਦਾ ਬ੍ਰਦਰ ਤੂੰ ਕਹਿੰਦਾ ਕੁਛ ਵੀ ਨਹੀਂ ਕਰਨਾ, ਕਹਿੰਦਾ ਜਦੋਂ ਮੈਂ ਤੈਨੂੰ ਕਿਹਾ ਨਾ ਕਿ ਏ ਟੂ ਜ਼ੈਡ ਮੈਂ ਕੰਮ ਕਰਨਾ ਵਾ, ਜਾਂ ਤੇਰੀ ਮੈਂ ਮਦਦ ਕਰਨੀ ਹੈ, ਅਤੇ ਲਿਹਾਜ਼ਾ ਹੁਣ ਮੈਂ ਹੀ ਤੇਰੀ ਮਦਦ ਕਰਨੀ ਹੈ। ਔਰ ਐਂਡ 'ਤੇ ਪਤਾ ਨਾਜ਼ਰੀਨ ਕੀ ਹੋਇਆ ਸੀ? ਐਂਡ 'ਤੇ ਇਹ ਹੋਇਆ ਸੀ ਕਿ ਮੇਰੇ ਨਾਲ ਨਾ ਮਤਲਬ ਉਸ ਬੰਦੇ ਨੇ ਜਿਹੜਾ ਮਤਲਬ ਇਹਨਾਂ ਦਾ, ਜਦੋਂ ਮੈਂ ਟਾਇਰਾਂ ਵਾਲੀ ਦੁਕਾਨ 'ਤੇ ਗਿਆ ਸੀ ਨਾ, ਜਿਹੜੇ ਬੰਦੇ ਨਾਲ ਮੈਂ ਪਹਿਲੇ ਗੱਲ ਕਰ ਰਿਹਾ ਸੀ, ਉਸ ਬੰਦੇ ਨੇ ਮੇਰੇ ਨਾਲ ਮੁੱਕੇ ਸੀ 120 ਯੂਰੋ ਦੋ ਟਾਇਰਾਂ ਦੇ, ਮਤਲਬ ਪੁਆਈ ਸ਼ੁਆਈ ਸਾਰਾ ਕੁਛ ਨਾ। ਅਤੇ ਮੈਨੂੰ ਕਹਿ ਮੈਂ ਇਹਨੂੰ ਐਂਡ 'ਤੇ ਪੈਸੇ ਪੁੱਛੇ, ਮੈਂ ਕਿਹਾ ਕਿ ਕਿੰਨੇ ਪੈਸੇ ਬ੍ਰਦਰ, ਕਿੰਨੇ ਪੈਸੇ ਬਣੇ ਨੇ? ਅਤੇ ਮੈਨੂੰ ਕਹਿਣ ਦਿਆ ਸੀ ਕਹਿੰਦਾ ਕਿ ਕਹਿੰਦਾ ਕਿ ਤੇਰੇ ਨਾਲ ਕਿੰਨੇ ਪੈਸੇ ਉਹਨੇ ਮੁੱਕੇ ਨੇ? ਮੈਂ ਕਿਹਾ 120 ਯੂਰੋ। ਕਹਿੰਦਾ 120 ਯੂਰੋ ਦੀ ਬਜਾਏ ਤੂੰ ਅਗਰ ਮੈਨੂੰ 121 ਯੂਰੋ ਵੀ ਦਿੱਤੇ ਨਾ, ਅਤੇ ਮੈਂ ਤੇਰੇ ਨਾਲ ਕਹਿੰਦਾ ਲੜਨਾ ਵੇ, ਕਿਉਂਕਿ ਮੈਂ ਸਿਰਫ ਤੇਰੀ ਮਦਦ ਕੀਤੀ ਹੈ, ਬਾਕੀ ਕਹਿੰਦਾ ਜਿਹੜਾ ਨਾ ਜਿਹੜਾ ਹਿਸਾਬ ਕਿਤਾਬ ਤੇਰਾ ਮੇਰਾ ਹੈ ਵੇ, ਜਾਂ ਜੋ ਸ਼ੁਰੂ ਦੇ ਵਿੱਚ ਮੁੱਕਿਆ ਵੇ ਉਹੀ ਲਵਾਂਗਾ, ਅਤੇ ਮੈਂ ਲਿਹਾਜ਼ਾ 1 ਸੈਂਟ ਮੈਂ ਤੇਰੇ ਕੋਲੋਂ ਜ਼ਿਆਦਾ
ਜਾ ਯੂਰੋ ਬੱਚਿਆਂ ਨੂੰ ਹੀ ਦੇਵਾਂਗਾ ਮੈਂ ਆਪ ਇਸਤੇਮਾਲ ਨਹੀਂ ਕਰਾਂਗਾ ਖੈਰ ਹੁਣ ਮੈਂ ਇੱਥੇ ਵਾਪਸ ਪਹੁੰਚ ਗਿਆ ਵਾਂ ਉਸ ਬੰਦੇ ਨੂੰ ਉਤਾਰਿਆ ਮੈਂ ਉਹਦੀ ਵਰਕਸ਼ਾਪ ਦੇ ਵਿੱਚ ਬਾਅਦ ਵਿੱਚੋਂ ਫਿਰ ਉੱਥੋਂ ਮੈਂ ਘਰ ਗਿਆ ਵਾਂ ਅਤੇ ਉੱਥੋਂ ਮੈਂ ਲੁਕਮਾਨ ਨੂੰ ਸਾਥ ਲਿਆ ਮਤਲਬ ਲੁਕਮਾਨ ਕੋ ਮੈਨੇ ਸਾਥ ਲਿਆ ਕਿਉਂਕਿ ਮੈਨੂੰ ਹੁਣ ਵਾਪਸ ਮੈਂ ਇੱਥੇ ਆਉਣਾ ਸੀ ਔਰ ਇੱਥੇ ਆ ਕੇ ਮੈਂ ਆਪਣੀ ਟੈਕਸੀ ਲੈ ਕੇ ਜਾਣੀ ਸੀ ਇਸ ਲਈ ਮੈਨੂੰ ਦੋ ਗੱਡੀਆਂ ਚਾਹੀਦੀਆਂ ਸੀ ਔਰ ਦੋ ਡਰਾਈਵਰ ਚਾਹੀਦੇ ਸੀ ਔਰ ਇਹ ਵਾਲਾ ਜੋ ਹੁਣ ਮੈਂ ਕੰਮ ਕਰਨ ਦਿਆਂ ਨਾ ਇਹ ਸਿਰਫ ਔਰ ਸਿਰਫ ਥੋੜ੍ਹਾ ਜਿਹਾ ਨਾ ਮੈਂ ਨੱਟ ਕਾਬਲੇ ਕੱਸਣ ਦਿਆਂ ਵਾਂ ਕਿਉਂਕਿ ਇਹ ਮੈਂ ਘਰੋਂ ਲੈ ਕੇ ਆਇਆ ਸੀ ਇਹ ਵਾਲਾ ਚੀਜ਼ਾਂ ਮੇਰੇ ਘਰ ਵੀ ਪਈਆਂ ਨੇ ਸਹੀ ਹੈ ਮੈਂ ਅਹਤਿਆਤਨ ਜ਼ਰਾ ਨਾ ਇਸਕੋ ਟਾਈਟ ਕਰ ਰਹਾ ਹੂੰ ਇਹ ਸਾਰੇ ਸਿਲਸਿਲੇ ਕੋ ਅਤੇ ਸਹੀ ਹੈ ਨਾਜ਼ਰੀਨ ਇਹੀ ਸੀ ਮੇਰੀ ਅੱਜ ਦੀ ਸਟੋਰੀ ਅਤੇ ਮੈਨੂੰ ਐਸੀ ਕਿ ਮੈਂ ਤੁਹਾਡੇ ਨਾਲ ਸ਼ੇਅਰ ਕਰ ਦੇਵਾਂ ਕਿ ਮੈਂ ਪਿਛਲੇ ਦਿਨਾਂ 'ਚ ਕਿਹੜੀ ਖੱਜਲ ਖਰਾਬੀ ਦੇ ਵਿੱਚ ਫਿਰਦਾ ਰਿਹਾ ਵਾਂ ਅਤੇ ਔਰ ਸੋਰੀ ਫਿਰ ਆਪ ਸਭ ਸੇ ਕਿ ਫਿਰ ਮੈਂ 3-4 ਦਿਨ ਛੁੱਟੀ ਕਰ ਲਈ ਹੈ ਅਤੇ ਦੁਆ ਕਰੋ ਯਾਰ ਮੈਂ ਨਾ ਰੋਜ਼ਾਨਾ ਦੇ ਰੋਜ਼ਾਨਾ ਤੁਹਾਡੇ ਨਾਲ ਹੈਲੋ ਹਾਏ ਕਰਿਆ ਕਰਾਂ ਤੁਹਾਡੇ ਮੈਂ ਮੱਥੇ ਲੱਗਿਆ ਕਰਾਂ ਸਹੀ ਨਾਜ਼ਰੀਨ ਮੈਂ ਤੁਹਾਡੇ ਕੋਲ ਇੱਥੇ ਲਵਾਂਗਾ ਯਾਰ ਇਜਾਜ਼ਤ ਮੈਨੂੰ ਦੁਆਵਾਂ ਦੇ ਵਿੱਚ ਯਾਦ ਰੱਖਿਓ ਅਤੇ ਆਪਣਾ ਵੀ ਖਿਆਲ ਰੱਖਿਆ ਕਰੋ ਅਤੇ ਲਵ ਯੂ ਸਾਰਿਆਂ ਨੂੰ ਅਤੇ ਅੱਲਾ ਹਾਫਿਜ਼।